ਕੁਲਦੀਪ ਜੀ ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਦਾਲਤ ਨੇ ਅੱਜ ਫਿਰ ਫੈਸਲਾ ਸੁਣਾਇਆ ਕੀ ਕਹਿੰਦੀ ਹੈ ਅਦਾਲਤ ਫਰੀਦਕੋਟ ਦੀ ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਸੁਖਬੀਰ ਸਿੰਘ ਬਾਦਲ ਨੂੰ ਜ਼ਮਾਨਤ ਤੋਂ ਨਾ ਹੋ ਗਈ ਸੁਖਬੀਰ ਸਿੰਘ ਬਾਦਲ ਕਾਲੀ ਨਾਲ ਫਿਰ ਉੱਪਰਲੀ ਅਦਾਲਤ ਵਿੱਚ ਗਏ ਉਪਰਲੀ ਅਦਾਲਤ ਤੋਂ ਉਹਨਾਂ ਨੂੰ ਵੱਡੀ ਰਾਹਤ ਮਿਲ ਗਈ ਹੈ 2015 ਦਾ ਕੋੜਕਪੂਰਾ ਗੋਲੀਕਾਂਡ ਹੈ ਤੇ ਇਹ ਇਟਲੀ ਅਦਾਲਤ ਵੱਲੋਂ ਜਿਹੜੀ ਇੱਕ ਅਗਾਊਂ ਜ਼ਮਾਨਤ ਦੀ ਅਰਜੀ ਜਿਹੜੀ ਖਾਰਜ ਹੋ ਗਈ ਸੀ ਉਹਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਦੋਂ ਦਰਵਾਜ਼ਾ ਖੜਕਾਇਆ ਗਿਆ ਸੁਖਵੀਰ ਬਾਦਲ ਵੱਲੋਂ ਤੇ ਉਹਨਾਂ ਨੂੰ ਅੰਤਰਿਮ ਜ਼ਮਾਨਤ ਜਿਹੜੀ ਆ ਉਹ ਮਿਲ ਕੇ ਇੰਟਰਮ ਬੇਲ ਮਿਲ ਗਈ ਹੈ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਜਿਸ ਅਧਾਰ ਤੇ ਮਿਲੀ ਸੀ ਉਹ ਉਮਰ ਦੇ ਤਕਾਜ਼ੇ ਕਰਕੇ ਮਿਲੀ ਸੀ ਹੁਣ ਇਸ ਕੇਸ ਦੇ ਵਿੱਚ ਕਟਨਾਵਾ ਦੀ ਜਾਂਚ ਜਿਹੜੀ ਹੈ ਡੀਜੀਪੀ ਐਲਕੇ ਯਾਦਵ ਦੀ ਇੱਕ ਅਗਵਾਈ ਵਾਲੀ ਐਸਆਈਟੀਓ ਕਰ ਰਹੀ ਹੈ ਤੇ 24 ਫਰਵਰੀ ਨੂੰ ਜਿਨ੍ਹਾਂ ਵਿਅਕਤੀਆਂ ਦੇ ਖਿਲਾਫ ਵੱਡੀ ਚਾਰਸ਼ੀਟ ਕਈ ਹਜ਼ਾਰ ਸਫ਼ਿਆਂ ਦੀ ਦਾਖਲ ਕੀਤੀ ਗਈ ਤੇ ਰਿਪੋਰਟ ਦਾਖਲ ਕੀਤੀ ਗਈ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਡੀਜੀਪੀ ਸੁਮੇਸ਼ ਸੈਣੀ ਪਰਮਰਾਜ ਉਮਰਾਨੰਗਰ ਡੀਆਈਜੀ ਫਰੋਜ਼ਪੁਰ ਅਮਰ ਸਿੰਘ ਚਾਹਲ ਐਸਐਸਪੀ ਫਰੀਦਕੋੜ ਸੁਖਮੰਦਰ ਸਿੰਘ ਮਾਨ ਐਸਐਸਪੀ ਮੋਗਾ ਚਨਜੀਤ ਸ਼ਰਮਾ ਤੇ ਉਸ ਵੇਲੇ ਦੇ ਐਸਐਚਓ ਥੇ ਸਿਟੀ ਕੋਟਕਪੂਰ ਦੇ ਗੁਰਦੀਪ ਸਿੰਘ ਭੁੱਲਰ ਦੇ ਖਿਲਾਫ ਜਿਹੜੀ ਇਹ ਚਾਰ ਸ਼ੀਟ ਤਖਲ ਹੋਈ ਸੀ ਪਰ ਗੱਲ ਇਹ ਕਿ ਸੁਖਬੀਰ ਬਾਦਲ ਨੂੰ ਤੇ ਰਾਹਤ ਮਿਲ ਗਈ ਹੈ ਤੇ ਇਸੇ ਰਾਹਤ ਦੀ ਉਮੀਦ ਜਿਹੜੀ ਹੈ ਉਹ ਹਾਈ ਕੋਰਟ ਦੇ ਵਿੱਚ ਹੁਣ ਕਰਨੀ ਪੈਗੀ ਸਾਬਕਾ ਡੀਜੀਪੀ ਸੁਮੇਤ ਸਿੰਘ ਸੈਣੀ ਨੂੰ ਆਈਜੀ ਪਰਮਰਾਇ ਸਿੰਘ ਉਮਰਾਨਗਰ ਨੂੰ ਤੇ ਮੋਗੇ ਦੇ ਐਸਐਸਪੀ ਚਨਜੀਤ ਸਿੰਘ ਸ਼ਰਮਾ ਨੂੰ ਜੀ ਇਹਨਾਂ ਸਾਰਿਆਂ ਨੂੰ ਹੁਣ ਵੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਗਾ ਕਿਉਂਕਿ ਫਰੀਦਕੋਟ ਤੋਂ ਇਹਨਾਂ ਨੂੰ ਨਾ ਹੋ ਗਈ ਪ੍ਰੀਤਕੋਟ ਦੀ ਅਦਾਲਤ ਦੇ ਵਿੱਚੋਂ ਜ਼ਮਾਨਤ ਦੀ ਅਰਜੀ ਜਿਹੜੀ ਆ ਉਹ ਰੱਦ ਹੋ ਗਈ ਹੈ। ਹੁਣ ਇਸ ਵੇਲੇ ਅ ਕਈ ਹੋਰ ਕੇਸਾਂ ਦੇ ਵਿੱਚ ਸ਼ਾਇਦ ਇਹਨਾਂ ਨੂੰ ਜ਼ਮਾਨਤ ਮਿਲ ਜਾਵੇ ਪਰ ਅਜੇ ਤੱਕ ਪੂਰਨ ਤੌਰ ਤੇ ਰਾਹਤ ਨਹੀਂ ਹੈ। ਇੱਕ ਗੱਲ ਹੋਰ ਕੱਲ ਲੰਬੀ ਚੌੜੀ ਚਿੱਠੀ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਲਿਖੀ ਆ। ਉਹਦੇ ਬਾਰੇ ਥੋੜੀ ਜੀ ਗੱਲ ਕਰਦੇ ਆ। ਜੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜੀ ਚਿੱਠੀ ਲਿਖੀ ਆ ਉਹਦੇ ਵਿੱਚ ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਕਿਤੇ ਜ਼ਿਕਰ ਨਹੀਂ। ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਉਹਦਾ 1% ਵੀ ਜ਼ਿਕਰ ਨਹੀਂ ਹੈ ਵੱਡੀ ਗੱਲ ਇਹ ਕਿ ਪ੍ਰਕਾਸ਼ ਸਿੰਘ ਬਾਦਲ ਹੁਣਾ ਨੇ 2017 ਦੀਆਂ ਚੋਣਾਂ ਵੇਲੇ ਜੋ ਆਕਡੀਓ ਕਾਲ ਰਿਕਾਰਡਿੰਗ ਉਹਨਾਂ ਦੀ ਮਸ਼ਹੂਰ ਹੋਈ ਸੀ ਜਿਸ ਵਿੱਚ ਉਹ ਕਿਸੇ ਨੂੰ ਫੋਨ ਕਰਕੇ ਕਹਿੰਦੇ ਨੇ ਕਾਕਾ ਜੀ ਮੇਰੀ ਜ਼ਾਤ ਦਾ ਸਵਾਲ ਹੈ ਮੇਰੀ ਇੱਜ਼ਤ ਦਾ ਸਵਾਲ ਹੈ ਤੁਸੀਂ ਵੋਟਾਂ ਸਾਨੂੰ ਪਾਉਣੀਆਂ ਦੇ ਪਾਉਣੀਆਂ ਨੇ ਤੇ ਅੱਗੋਂ ਕਹਿੰਦੇ ਨੇ ਬਾਦਲ ਸਾਹਿਬ ਅਸੀਂ ਤੇ ਤੁਹਾਡੇ ਦਰਵਾਜ਼ੇ ਦੇ ਬਾਹਰੋਂ ਬੈਠ ਕੇ ਮੜ ਜਾਂਦੇ ਸੀ ਅਸੀਂ ਤੇ ਤੁਹਾਨੂੰ ਉਡੀਕਦੇ ਰਹੇ ਤੁਸੀਂ ਫਲਾਨੇ ਫਲਾਨੇ ਬੰਦੇ ਗਲਤ ਜਿਹੜੇ ਸੀ ਉਹਨਾਂ ਨੂੰ ਸਾਡੇ ਸਿਰ ਤੇ ਬਿਠਾ ਦਿੱਤਾ ਹੁਣ ਤੁਸੀਂ ਵੋਟਾਂ ਦਾ ਕਹਿ ਰਿਹਾ ਉਹ ਮੁੰਡਾ ਮੰਨਿਆ ਨਹੀਂ ਤੇ ਬਾਦਲ ਜੀ ਉਹਨੂੰ ਕਾਕਾ ਜੀ ਕਾਕਾ ਜੀ ਕਰਦੇ ਰਹਿ ਗਏ। ਜੀ ਤੇ ਮਸਾਂ ਚੁੰਡ ਜਿੱਤੇ ਸੀ ਉਦੋਂ ਬਾਦਲ ਸਾਹਿਬ ਆਪਣੀ ਉਸ ਤੋਂ ਬਾਅਦ ਅਗਲੀਆਂ ਚਾਰ ਗਏ ਨੇ। ਉਹ ਸਾਰਾ ਜਿਹੜਾ ਹੈ ਉਸ ਵੇਲੇ ਹੁਣ ਭਗਵੰਤ ਮਾਨ ਸਰਕਾਰ ਅਰਵਿੰਦ ਕੇਜਰੀਵਾਲ ਸਰਕਾਰ ਤੇ ਭਾਂਡਾ ਪੰਨਿਆ ਜਾ ਰਿਹਾ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਸਾਡੇ ਤੇ ਬੇਅਦਬੀ ਕਾਂਡ ਜਾਂ ਗੋਲੀ ਕਾਂਡ ਦੇ ਕੇਸ ਜਿਹੜੇ ਨੇ ਦਰਜ ਕੀਤੇ ਜਾ ਰਹੇ ਨੇ ਅਸੀਂ ਇਹਨਾਂ ਵਿੱਚ ਦੋਸ਼ੀ ਨਹੀਂ। ਹੁਣ ਉਮਰਦੇਸ਼ਪੁਰਾ ਵਿੱਚ ਟੁੱਕ ਚੁੱਕ ਕੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਜਾਂ ਲਿਖਵਾਈ ਗਈ ਹੈ। ਇਹ ਤੇ ਸੁਭਿਸ਼ਿੰਗ ਬਾਦਲ ਜਾਣਦੇ ਨੇ ਪਰ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਸਾਰਾ ਜਿਹੜਾ ਵਿਖਿਆਨ ਹੈ ਉਸੇ ਕੰਮ ਨੂੰ ਕੀਤਾ ਕਿ ਅਸੀਂ ਪੰਜਾਬੀਆਂ ਨੇ ਆਹ ਕੀਤਾ ਪੰਜਾਬੀਆਂ ਨੇ ਜਾਨਵਾਰੀਆਂ ਪੰਜਾਬੀ ਨੇ ਅਨਾਜ ਪੈਦਾ ਕੀਤਾ ਅਸੀਂ ਫਲਾਨੇ ਮੋਰਚੇ ਲਾਏ ਫਲਾਨੇ ਲਾਏ ਸਾਨੂੰ ਆਹ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਗੱਲ ਇਹ ਕਿ ਗੱਲਾਂ ਹੋਰ ਵੀ ਬਹੁਤ ਸਾਰੀਆਂ ਨੇ ਜਿਹੜੀਆਂ ਕਰ ਸਕਦੇ ਸੀ ਪਰ ਉਹਨਾਂ ਨੂੰ ਛੱਡ ਗਏ ਨੇ ਉਹ ਜੀ ਆਪਣੇ ਮਤਲਬ ਦੀਆਂ ਕੀਤੀਆਂ ਨੇ ਬਹੁਤੀਆਂ ਉਸ ਵਿੱਚ ਜੇ ਪ੍ਰੋਗਰਾਮ ਅਸੀਂ ਕਰਨਾ ਹੋਵੇ ਤਾਂ ਸ਼ਾਇਦ ਕਈ ਘੰਟੇ ਬੀਤ ਸਕਦੇ ਨੇ ਉਸ ਚਿੱਠੀ ਤੇ ਪਰ ਅਸੀਂ ਹੁਣ ਉਸ ਗੱਲ ਨੂੰ ਛੱਡ ਦਈਏ ਕਿਉਂਕਿ ਪੰਜਾਬ ਇਸ ਵੇਲੇ ਹੋਰ ਬਹੁਤ ਕਿਸਮ ਦੇ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ ਪਰ ਇਹ ਜਿਹੜਾ ਇਹ ਬੇਅਦਬੀ ਕਾਂਡ ਹੈ ਗੋਲੀ ਕਾਂਡ ਹੈ ਇਸ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਪਾਵੇਂ ਅਦਾਲਤ ਤੋਂ ਕੁਝ ਟੈਂਪਰੇਰੀ ਰਾਹਤ ਮਿਲ ਗਈ ਹੋਵੇ ਪਰ ਅਜੇ ਲੰਬਾ ਸਮਾਂ ਇਸ ਵਿੱਚ ਅਦਾਲਤਾਂ ਦੇ ਚੱਕਰ ਲਾਉਣੇ ਪੈਣਗੇ